ਸੁਖਪਾਲ ਖਹਿਰਾ ਦੇ ਖਿਲਾਫ ਪੋਲੀਟੀਕਲ ਵੈਂਡੇਟਾ ਹੈ, ਸਮਝੇ? ਸੁਖਪਾਲ ਖਹਿਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ, ਮੈਂ ਉਹਦੇ 'ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿਤਾ, ਅਤੇ ਮਿੱਤਰਾ 323 'ਚ ਮੈਨੂੰ ਅੰਦਰ ਦਿੱਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਹਿਣਾ ਜਰਾ, ਸਮਝਿਆ? 323 'ਚ ਹਾਜ਼ਰ ਜਵਾਨ ਦਿੰਦਾ ਹੌਲਦਾਰ। ਜਦੋਂ ਕਾਨੂੰਨ ਨਹੀਂ, ਨਿਆਂ, ਨੀਤੀ, ਧਰਮ, ਜਦੋਂ ਇਹੀ ਸਾਰਾ ਕੁਛ ਚੱਲਿਆ ਗਿਆ ਤਾਂ ਫਿਰ ਲੋਕ ਰਾਜ ਕਾਹਦਾ? ਐ ਨਹੀਂ ਚੱਲਣਾ ਮਿੱਤਰਾ। ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ, ਅਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ। ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ। ਮੈਂ 3 ਕਰੋੜ ਪੰਜਾਬੀਆਂ 'ਚ ਹੀ ਫਿਰੂੰਗਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀਆਂ 35% ਵੋਟਾਂ ਹੋ ਜਾਣਗੀਆਂ। ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ, ਅਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ। ਹੈਂਜੀ, ਡੈਮੋਕ੍ਰੇਸੀ ਜੇ ਨਾ ਬਚੀ, ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ? ਸੁਖਪਾਲ ਖਹਿਰਾ ਦੇ ਖਿਲਾਫ ਪੋਲੀਟੀਕਲ ਵੈਂਡੇਟਾ ਹੈ, ਸਮਝੇ? ਸੁਖਪਾਲ ਖਹਿਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ, ਮੈਂ ਉਹਦੇ 'ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿਤਾ, ਅਤੇ ਮਿੱਤਰਾ 323 'ਚ ਮੈਨੂੰ ਅੰਦਰ ਦਿੱਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਹਿਣਾ ਜਰਾ, ਸਮਝਿਆ? 323 'ਚ ਹਾਜ਼ਰ ਜਵਾਨ ਦਿੰਦਾ ਹੌਲਦਾਰ। ਜਦੋਂ ਕਾਨੂੰਨ ਨਹੀਂ, ਨਿਆਂ, ਨੀਤੀ, ਧਰਮ, ਜਦੋਂ ਇਹੀ ਸਾਰਾ ਕੁਛ ਚੱਲਿਆ ਗਿਆ ਤਾਂ ਫਿਰ ਲੋਕ ਰਾਜ ਕਾਹਦਾ? ਪੁਰਾਣੀ ਕਹਾਵਤ ਹੁੰਦੀ ਸੀ, ਆਇਰਨ ਹੈਂਡ ਇਨ ਵੈਲਵਿਟ ਗਲਵਸ, ਕਿ ਸ਼ਨੀਲ ਦਾ ਦਸਤਾਨਾ ਹੈ, ਅੰਦਰ ਲੋਹੇ ਦਾ ਹੱਥ ਹੈ। ਐਂ ਨਹੀਂ ਚੱਲਣਾ ਮਿੱਤਰਾ। ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ, ਅਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ। ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ। ਮੈਂ 3 ਕਰੋੜ ਪੰਜਾਬੀਆਂ 'ਚ ਹੀ ਫਿਰੂੰਗਾ।